ਚਵਲ ਜੀ ਕੁੜੀ ਹੈ ਇੱਕ ਜੀ, ਤੁਸੀਂ ਫੋਟੋ ਦੇਖ ਸਕਦੇ ਆ, ਇਹਨੇ ਸ੍ਰੀ ਦਰਬਾਰ ਸਾਹਿਬ ਜਾ ਕੇ ਯੋਗਾ ਡੇ ਵਾਲੇ ਦਿਨ, ਜਿੱਦਣ ਗਤਕਾ ਦਿਵਸ ਹੁੰਦਾ ਉਦਣ ਯੋਗਾ ਡੇ ਵਾਲੇ ਦਿਨ ਇਹਨੇ ਜਾ ਕੇ ਦਰਬਾਰ ਸਾਹਿਬ ਜਾ ਕੇ ਉੱਥੇ ਯੋਗਾ ਕੀਤੀ, ਪੈਰ ਤਾਣ ਨੂੰ ਕਰਕੇ ਇਹਨੇ ਸਿੱਖਾਂ ਦੇ ਜ਼ਖਮਾਂ ਤੇ ਨੂਣ ਛਿੜਕਿਆ, ਸਿੱਖਾਂ ਦੇ ਹਿਰਦੇ ਬਲੂੰਦਰੇ ਤੇ ਸਿੱਧਾ ਟਾਰਗੇਟ ਕੀਤਾ ਸੁਪਰੀਮ ਕੋਰਟ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਚਵਲ ਜੀ ਕੁੜੀ ਹੈ ਇੱਕ ਜੀ, ਤੁਸੀਂ ਫੋਟੋ ਦੇਖ ਸਕਦੇ ਆ, ਇਹਨੇ ਸ੍ਰੀ ਦਰਬਾਰ ਸਾਹਿਬ ਜਾ ਕੇ ਯੋਗਾ ਡੇ ਵਾਲੇ ਦਿਨ, ਜਿੱਦਣ ਗਤਕਾ ਦਿਵਸ ਹੁੰਦਾ ਉਦਣ ਯੋਗਾ ਡੇ ਵਾਲੇ ਦਿਨ ਇਹਨੇ ਜਾ ਕੇ ਦਰਬਾਰ ਸਾਹਿਬ ਜਾ ਕੇ ਉੱਥੇ ਯੋਗਾ ਕੀਤੀ, ਪੈਰ ਤਾਣ ਨੂੰ ਕਰਕੇ ਇਹਨੇ ਸਿੱਖਾਂ ਦੇ ਜ਼ਖਮਾਂ ਤੇ ਨੂਣ ਛਿੜਕਿਆ, ਸਿੱਖਾਂ ਦੇ ਹਿਰਦੇ ਬਲੂੰਦਰੇ ਤੇ ਸਿੱਧਾ ਟਾਰਗੇਟ ਕੀਤਾ ਸੁਪਰੀਮ ਕੋਰਟ ਨੂੰ। ਇਹ ਕਰਵਾਇਆ ਕੀ ਨੇ, ਇਹ ਤੁਹਾਨੂੰ ਵੀ ਪਤਾ, ਜਦੋਂ ਸਰਕਾਰਾਂ ਇਹੋ ਜਿਹੀਆਂ ਚੀਜ਼ਾਂ ਕਰਵਾਉਂਦੀਆਂ, ਜੇ ਕਿਤੇ ਹੁੰਦਾ ਰਾਜ ਤੇ ਤੁਸੀਂ ਇਹ ਗੱਲ ਕਰਕੇ ਵਿਖਾ ਦਿੰਦੇ, ਜਾਂ ਕਿਤੇ ਉਥੇ ਕੋਈ ਨਿਹੰਗ ਸਿੰਘ ਵੀਰ ਹੁੰਦਾ ਜਿੰਦਾ ਜਾਗਦੀ ਜ਼ਮੀਰ ਵਾਲਾ, ਤੇ ਉਹ ਲਾ ਦਿੰਦਾ ਇਹਦੀ ਧੌਣ ਤੇ ਫੇਰ ਲੱਗ ਜਾਂਦਾ ਪਤਾ ਵੀ ਕਿਹੜੇ ਭਾਅ ਵਿਕਦੀ ਆ। ਪਰ ਮਸਲਾ ਇੱਥੇ ਆ ਜਾਂਦਾ ਕਿ SGPC ਹੁਣ ਤਾਂ ਬਹੁਤ ਕੁਛ, ਵੈਸੇ ਉਮੀਦ ਤਾਂ ਬਹੁਤੀ ਹੈ ਨਹੀਂ, ਪਰ SGPC ਇਹ ਤੇ ਕਿਉਂ ਨਹੀਂ ਐਕਸ਼ਨ ਲੈ ਰਹੀ? ਇਹਨੇ ਆਪਦੀ ਇੰਸਟਾਗ੍ਰਾਮ ID ਦੇ ਉੱਤੇ ਫੋਟੋ ਪਾਈ ਸੀ, ਤੇ ਹੁਣ ਕੱਲ ਪਰਸੋਂ ਦੀ ਫੋਟੋ ਪਾਈ ਸੀ ਤੇ ਹੁਣ ਇਹਨੇ ਫੋਟੋ ਡਿਲੀਟ ਕਰਤੀ ਆ। ਮਾਫੀ ਵਾਲੀ ਵੀਡੀਓ ਕੋਈ ਆਈ ਨਹੀਂ, ਕਿਉਂਕਿ ਸਾਰੇ ਇਹੀ ਸੋਚਦੇ ਹੁੰਦੇ ਆ ਕਿ ਮਾਫੀ ਵਾਲੀ ਵੀਡੀਓ ਵੀ ਆਈ ਲੈ। ਪਰ ਕਿੰਨਾ ਕੁ ਚਿਰ ਇਹ ਗਲਤੀਆਂ ਕਰਦੇ ਰਹਿਣਗੇ ਤੇ ਉਸ ਤੋਂ ਬਾਅਦ ਇਹ ਮਾਫੀ ਮੰਗ ਲਿਆ ਕਰਨਗੇ, ਤੇ ਉਸ ਤੋਂ ਬਾਅਦ ਮਾੜੀ ਮੋਟੀ ਇਹਨਾਂ ਦੀ ਸੇਵਾ ਜਿਹੜੀ ਆ ਉਹ ਲਾ ਦਿੱਤੀ ਜਾਊਗੀ, ਤੇ ਉਸ ਤੋਂ ਬਾਅਦ ਮਾਫੀ ਦੇ ਦਿੱਤੀ ਜਾਊਗੀ, ਤੇ ਫੇਰ ਕੋਈ ਨਾ ਕੋਈ ਹੋਰ ਉੱਠੂਗਾ, ਕੋਈ ਕਰਵਾਇਆ ਜਾਊਗਾ ਜਾਂ ਕੋਈ ਆਪ ਕਰੂਗਾ। ਇਹੋ ਜਿਹੀਆਂ ਹਰਕਤਾਂ ਫਿਰ ਹੁੰਦੀਆਂ ਹੀ ਰਹਿਣਗੀਆਂ। ਇਹਦਾ ਮਸਲੇ ਦਾ ਕੋਈ ਹੱਲ ਤਾਂ ਹੈ ਨਹੀਂ, ਇਹਦਾ ਮਸਲੇ ਦਾ ਹੱਲ ਇੱਕੋ ਹੀ ਆ, ਜਾਂ ਤਾਂ ਰਾਜ ਜਾਂ ਸੋਧਾ, ਗੱਲਾਂ ਦੋ ਹੀ ਆ। ਫਿਰ ਕਾਨੂੰਨ ਤਾਂ ਇੱਥੇ ਇਹ ਗੱਲ ਕਹਿੰਦਾ ਕਿ ਭਾਈ ਮਤਲਬ ਜੇ SGPC ਸਟੈਂਡ ਲਵੇ, ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ, ਪਰ ਜੇ ਸਟੈਂਡ ਲਵੇ ਹੁਣ ਪੰਥਕ ਆਗੂ ਆ, ਜਿਹੜੇ ਪੰਥਕ ਆਗੂ ਆ ਜਿਨ੍ਹਾਂ ਨੂੰ ਵੋਟਾਂ ਪਾ ਕੇ ਵੀ ਆਪਾਂ ਜਿਤਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਜਿਹੜੇ ਜਿੱਤਦੇ ਆ, ਉਹ ਪੰਥਕ ਆਗੂਆਂ ਨੂੰ ਇਹਨਾਂ ਗੱਲਾਂ ਤੇ ਸਟੈਂਡ ਲੈਣਾ ਚਾਹੀਦਾ, ਕਿ ਜੇ ਉਹ ਸਟੈਂਡ ਨਹੀਂ ਲੈਣਗੇ ਤਾਂ ਫਿਰ ਕੌਣ ਲਊਗਾ? ਕੌਮ ਦੀ ਅਗਵਾਈ ਕਰਨ ਲਈ ਜਾਂ ਪੰਥਕ ਆਗੂਆਂ ਨੂੰ ਵੋਟਾਂ ਇਸ ਕਰਕੇ ਲੋਕ ਪਾਉਂਦੇ ਆ ਕਿ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਜਦੋਂ ਕੋਈ ਇਹੋ ਜਿਹੀ ਗੱਲ ਹੋ ਜਾਵੇ ਉਦੋਂ ਮੂਹਰੇ ਹੋ ਕੇ ਖੜ ਜਾਣ ਕੇ ਹਾਂ ਅਸੀਂ ਖੜੇ ਹਾਂ, ਅਸੀਂ ਇਹ ਤੇ ਕਾਰਵਾਈ ਕਰਾਂਗੇ। ਸੋ ਮਸਲਾ ਇੱਥੇ ਹੀ ਆਉਂਦਾ ਕਿ ਇਸ ਚਵਲ ਜਨਾਨੀ ਤੇ ਭਾਵੇਂ ਇਹਨੇ ਫੋਟੋ ਡਿਲੀਟ ਕਰਤੀ ਆ, ਪਰ ਇੱਥੇ ਕਾਰਵਾਈ ਜਿਹੜੀ ਆ ਉਹ ਜ਼ਰੂਰ ਬਣਦੀ ਆ, ਹੋਣੀ ਚਾਹੀਦੀ ਆ। ਵੈਸੇ ਤਾਂ ਕੋਈ ਜਿੰਦਾ ਜਾਗਦੀ ਜ਼ਮੀਰ ਵਾਲਾ ਕਿਸੇ ਨੂੰ ਨਿਹੰਗ ਨੂੰ ਸਿੰਘ ਨੂੰ ਕਿਸੇ ਨੂੰ ਪਤਾ ਲੱਗ ਗਿਆ ਤੇ ਇਹਦਾ ਐਡਰੈਸ ਦਾ ਪਤਾ ਲੱਗ ਗਿਆ ਤਾਂ ਉਹ ਪਹੁੰਚੇ ਲਓ, ਤੇ ਫਿਰ ਮਾਫੀ ਦੀ ਵੀਡੀਓ ਆਊਗੀ। ਕਿ ਬਹੁਤ ਸਾਰੇ ਆਪਾਂ ਕਹਿ ਦਿੰਦੇ ਆ ਕਿ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਬੰਦੇ ਰੱਖੇ ਹੁੰਦੇ ਆ ਇਹਨਾਂ ਨੇ, ਉਹ ਵੀ ਜਾ ਕੇ ਕਈ ਵਾਰ ਮਾਫੀ ਦੀ ਵੀਡੀਓ ਪਵਾ ਦਿੰਦੇ ਆ। ਜੇ ਕੋਈ ਜਿੰਦਾ ਜਾਗਦੀ ਜ਼ਮੀਰ ਵਾਲਾ ਹੋਇਆ ਤਾਂ ਉਹਨੇ ਸੋਧਾ ਲਾ ਦੇਣਾ। ਫਿਰ ਕਾਨੂੰਨ ਜਿਹੜਾ ਜਦੋਂ ਕੋਈ ਇਹੋ ਜਿਹੀ ਗੱਲਬਾਤ ਹੋ ਜੇ ਫਿਰ ਉੱਥੇ ਕਾਨੂੰਨ ਮੈਟਰ ਨਹੀਂ ਕਰਦਾ ਸਿੱਖਾਂ ਲਈ। ਸੋ ਸਹੀ ਮਾਇਨੇ ਚ ਕਾਨੂੰਨ ਜਿਹੜਾ ਸੀਗਾ ਉਹ ਸਾਡਾ ਅਕਾਲ ਤਖ਼ਤ ਸਾਹਿਬ ਤੋਂ ਚੱਲਦਾ ਸੀ, ਸੁਪਰੀਮ ਕੋਰਟ ਸੀ ਸਾਡਾ, ਪਰ ਅਕਾਲ ਤਖ਼ਤ ਸਾਹਿਬ ਤੇ SGPC
ਮੇਰੇ ਹਿਸਾਬ ਨਾਲ ਉਹ ਇਹਨਾਂ ਗੱਲਾਂ ਤੇ ਕੋਈ ਖਾਸ ਐਕਸ਼ਨ ਲੈਂਦੀ ਨਹੀਂ, ਤੇ ਜੇ ਐਕਸ਼ਨ ਲਿਆ ਹੋਵੇ, ਹੁਣ ਉੱਥੇ ਸਪਸ਼ਟ ਤੌਰ ਤੇ ਲਿਖਿਆ ਹੋਇਆ ਕਿ ਫੋਟੋਆਂ ਵੀਡੀਓਆਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ, ਬੈਨ ਆ, ਪਰ ਫਿਰ ਵੀ ਪਤਾ ਨਹੀਂ ਕਿਉਂ ਜਿਹੜਾ ਇਹਨਾਂ ਗੱਲਾਂ ਤੇ ਕੋਈ ਗੌਰ ਨਹੀਂ ਕੀਤੀ ਜਾਂਦੀ, ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਉੱਥੇ ਇੰਨੀ ਭੀੜ ਦੇ ਵਿੱਚ ਟਾਸਕ ਫੋਰਸ ਜਿਹੜੀ SGPC ਦੀ ਬਣਾਈ ਹੋਈ ਆ, ਉਹ ਟਾਸਕ ਫੋਰਸ ਕਿੱਧਰ ਗਈ, ਕੀ ਉਹਨੂੰ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ? ਜਿੱਥੇ ਦਰਬਾਰ ਸਾਹਿਬ ਹਮੇਸ਼ਾ ਉਹ ਕਹਿੰਦੇ ਪੂਰੀ ਕੈਮਰੇ ਦੀ ਨਿਗਰਾਨੀ ਹੇਠ ਹੁੰਦਾ, ਤੇ ਉੱਥੇ ਕਿਹੜੇ ਵੇਲੇ ਆਈ, ਕਿਹੜੇ ਵੇਲੇ ਇਹਨੇ ਯੋਗਾ ਕੀਤੀ ਤੇ ਕਿਹੜੇ ਵੇਲੇ ਚਲੀ ਗਈ, ਪਤਾ ਸਾਰਾ ਕੁਛ ਹੁੰਦਾ, ਪਰ ਕਿਤੇ ਨਾ ਕਿਤੇ ਇਗਨੋਰ ਕਰ ਦਿੰਦੇ ਆ ਕਿ ਨਹੀਂ ਯਾਰ ਕੋਈ ਨਹੀਂ। ਸੋ ਪੰਥਕ ਆਗੂਆਂ ਨੂੰ ਬੇਨਤੀ ਆ ਕਿ ਇਹੋ ਜਿਹੀਆਂ ਗੱਲਾਂ ਕਰਕੇ ਹੀ ਜਿਹੜਾ ਸੰਗਤ ਦੇ ਵਿੱਚ ਨਿਰਾਸ਼ਾ ਪੈਦਾ ਹੁੰਦੀ ਆ ਕਿ ਯਾਰ ਕੁਛ ਬਣਦਾ ਤਾਂ ਹੈ ਨੀ, ਕੁਛ ਕਰਦੇ ਤਾਂ ਹੈ ਨੀ, ਕੋਈ ਐਕਸ਼ਨ ਤਾਂ ਲੈਂਦੇ ਨੀ। ਸੋ ਇਹਨਾਂ ਗੱਲਾਂ ਤੇ, ਛੋਟੀਆਂ ਛੋਟੀਆਂ ਗੱਲਾਂ ਨੀ, ਇਹ ਬਹੁਤ ਵੱਡੀਆਂ ਗੱਲਾਂ, ਇਹਨਾਂ ਗੱਲਾਂ ਤੇ ਜੇ ਆਏ ਟਾਰਗੇਟ ਕਰਨ ਲੱਗ ਪਏ ਤਾਂ ਹੌਲੀ ਹੌਲੀ ਦਰਬਾਰ ਸਾਹਿਬ ਇਹਨਾਂ ਨੇ ਸੈਰ ਕਰਨ ਵਾਲਾ ਸਥਾਨ ਬਣਾ ਲੈਣਾ, ਪਾਰਕ ਬਣਾ ਲੈਣਾ ਇੱਕ, ਕਿ ਹਾਂ ਇਹ ਬਸ ਪਾਰਕ ਆ ਜੀ, ਇੱਥੇ ਆਪਦਾ ਘੁੰਮਣ ਆਓ ਤੇ ਜਾਓ। ਉਹ ਗੱਲਬਾਤ ਨਹੀਂ ਰਹਿਣੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜੀ ਸਰਕਾਰ ਇਹੀ ਗੱਲ ਚਾਹੁੰਦੀ ਆ ਕਿ ਕਿਤੇ ਨਾ ਕਿਤੇ ਜਿਹੜਾ ਦਰਬਾਰ ਸਾਹਿਬ ਆ ਉਹਨੂੰ ਕਿਤੇ ਨਾ ਕਿਤੇ ਢਾਹ ਲੱਗੇ, ਕਿਉਂਕਿ ਪਹਿਲਾਂ ਵੀ ਲਾਈ ਆ, ਗਾਂਹ ਵੀ ਲਾਉਣ ਦੀ ਕੋਸ਼ਿਸ਼ ਕਰ ਰਹੇ ਆ, ਕੋਝੀਆਂ ਹਰਕਤਾਂ ਥੋੜੀਆਂ 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 ਕਿਤੇ ਨਾ ਕਿਤੇ ਦੂਜੀ ਸਟੇਟ ਤੋਂ ਆ ਕੇ ਬੰਦਾ ਜਿਹੜਾ ਕਰਦਾ, ਤੇ ਫਿਰ ਤੁਹਾਨੂੰ ਪਤਾ ਮੈਂਟਲੀ ਜਿਹੜਾ ਕਹਿ ਦਿੱਤਾ ਜਾਂਦਾ, ਇਹ ਤੁਹਾਨੂੰ ਪਤਾ ਹੀ ਆ ਵੀ ਮੁੜ ਕੇ ਕਹਿੰਦੇ ਜੀ ਇਹ ਤਾਂ ਮੈਂਟਲ ਹੈ ਜੀ, ਇਹ ਤਾਂ ਆਏ ਆ ਜੀ, ਇਹ ਤਾਂ ਜਾਊਂਗਾ ਜੀ। ਇਹ ਜਿੰਨੇ ਬੇਅਦਬੀ ਕਰਨ ਵਾਲੇ ਆ, ਕੋਈ ਵੀ ਇਹੋ ਜਿਹਾ ਦਿਖਾ ਦਿਓ ਜਿਹਨੂੰ ਇਹਨਾਂ ਨੇ ਮੈਂਟਲ ਨਾ ਕਿਹਾ ਹੋਵੇ, ਇਹਨਾਂ ਨੇ ਸਭ ਨੂੰ ਮੈਂਟਲ ਕਿਹਾ। ਸੋ ਇਸ ਚਵਲ ਜਨਾਨੀ ਤੇ SGPC ਵੱਲੋਂ, ਪੰਥਕ ਆਗੂਆਂ ਵੱਲੋਂ, ਜਿੰਨੇ ਵੀ ਪੰਥਕ ਆਗੂ ਵੋਟਾਂ ਲੈ ਕੇ ਜਿੱਤਦੇ ਆ ਜਾਂ ਨਹੀਂ ਵੀ ਜਿੱਤੇ, ਉਹਨਾਂ ਦਾ ਫਰਜ਼ ਬਣਦਾ ਕਿ ਇਸ ਚਵਲ ਜਨਾਨੀ ਤੇ ਹੋਰ ਵੀ ਜਿੰਨੇ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਉਹਨਾਂ ਤੇ ਐਕਸ਼ਨ ਸਖ਼ਤ ਤੋਂ ਸਖ਼ਤ ਲਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।